ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀਆਂ ਦੇ ਵਿੱਚ ਫੇਰਬਦਲ ਕਾਫੀ ਦੇਖਣ ਨੂੰ ਮਿਲ ਰਿਹਾ, ਜਿਸ ਕਰਕੇ ਕਾਂਗਰਸ ਦੇ ਵਿਧਾਇਕ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਭਾਜਪਾ 'ਚ ਸ਼ਾਮਿਲ ਹੋਏ। ਪਰ ਕਿਹਾ ਇਹ ਜਾ ਰਿਹਾ ਕਿ ਜਿਹੜਾ ਅਸਤੀਫਾ MLA-ship ਤੋਂ ਉਹਨਾਂ ਨੂੰ ਦਿੱਤਾ ਗਿਆ ਸੀਗਾ ਉਹ ਜਿਹੜਾ ਮਨਜ਼ੂਰ ਨਹੀਂ ਹੋਇਆ। ਸਾਡੇ ਨਾਲ ਵਿਧਾਨ ਸਭਾ ਸਪੀਕਰ ਕੁਲਦਾਲ ਸਿੰਘ ਸੰਧਵਾ ਮੌਜੂਦ ਨੇ। ਸੰਧਵਾ ਸਾਹਿਬ, ਕੀ ਉਹਨਾਂ ਦੇ ਅਸਤੀਫੇ ਜਿਹੜੇ, ਹਾਲਾਂਕਿ ਪਾਰਟੀਆਂ ਨੂੰ ਤਾਂ ਅਸਤੀਫੇ ਉਹਨਾਂ ਨੇ ਦੇ ਦਿੱਤੇ ਸੀਗੇ, ਪਰ ਸੁਣਨ 'ਚ ਆ ਰਿਹਾ ਕਿ MLA-ship ਤੋਂ ਉਹਨਾਂ ਦੇ ਅਸਤੀਫੇ ਹਜੇ ਤੱਕ ਜਿਹੜੇ ਨੇ ਉਹ ਪ੍ਰਵਾਨ ਨਹੀਂ ਹੋਏ। ਦੇਖੋ, ਉਹ ਇੱਕ ਪ੍ਰੋਸੈਸ ਹੁੰਦੀ ਹੈ, ਉਹਨਾਂ ਦਾ ਅਸਤੀਫਾ ਸਾਡੇ ਕੋਲ ਆ ਗਿਆ ਜੀ, ਔਰ ਉਹਨੂੰ ਵਿਧੀ ਵਿਧਾਨ ਦੇ ਮੁਤਾਬਕ ਉਹਨੂੰ ਉਹਦਾ ਐਗਜ਼ਾਮਾਈਨ ਕਰਕੇ ਅਤੇ ਉੱਤੇ ਜਿਹੜਾ ਫੈਸਲਾ ਉਹ ਤੁਹਾਨੂੰ ਕਨਵੀਨ ਕਰਤਾ ਜਾਏਗਾ। ਸੰਧਵਾ ਸਾਹਿਬ, ਕੀ ਇਸ ਦੇ ਵਿੱਚ ਕੋਈ ਜਾਂਚ ਵੀ ਹੁੰਦੀ ਹੈ ਕਿ ਕਿਉਂ ਜਿਹੜਾ ਅਸਤੀਫਾ ਦਿੱਤਾ ਗਿਆ, ਕਿ ਕਿਉਂਕਿ ਚੋਣਾਂ ਬਿਲਕੁਲ ਨਜ਼ਦੀਕ ਨੇ, ਇਸ ਦੇ ਵੀ ਇੱਕ ਵਜ੍ਹਾ ਵਿੱਚ ਕੰਮ ਕਰਦੀ? ਅਤੇ ਕਾਫੀ ਸਾਰੇ ਜਿਹੜੀਆਂ ਪੈਰਾਮੀਟਰਸ ਹੁੰਦੇ ਨੇ ਜਿਹੜੇ ਦੇਖਣੇ ਹੁੰਦੇ ਆ, ਔਰ ਚੇਅਰ ਨੇ ਉਹਨਾਂ ਨੂੰ ਕਨਫਰਮ ਕਰਨਾ ਹੁੰਦਾ, ਰੀਕਨਫਰਮ ਕਰਨਾ ਹੁੰਦਾ, ਕਿਉਂਕਿ ਇਹ 1.5 ਲੱਖ ਲੋਕਾਂ ਦੇ ਦਿੱਤੀ ਹੋਈ ਮਤ ਦਾ ਮਾਮਲਾ ਹੈ। ਬਿਲਕੁਲ, ਇਹਦੇ ਵਾਸਤੇ ਕੋਈ ਕਾਹਲੀ, ਕੋਈ ਹੇਸਟ ਦੀ ਕੋਈ ਜ਼ਰੂਰਤ ਨਹੀਂ ਹੁੰਦੀ, ਔਰ ਬਣਦੀ ਵੀ ਨਹੀਂ ਹੈ। ਪਰ ਲੱਗਦਾ ਨਹੀਂ, ਜਿੱਦਾਂ ਤੁਸੀਂ ਕਿਹਾ ਕਿ 1.5 ਲੱਖ ਲੋਕਾਂ ਦਾ ਫੈਸਲਾ ਜਿਹੜਾ ਸੁਣਾਇਆ ਜਾਂਦਾ ਕਿ ਉਸ ਨੂੰ ਹੀ ਇੱਕ ਉਮੀਦਵਾਰ ਚੈਲੇਂਜ ਕਰ ਗਿਆ, ਕਿਉਂਕਿ ਲੋਕਾਂ ਨੇ ਕਿਤੇ ਨਾ ਕਿਤੇ ਉਸ ਉਮੀਦਵਾਰ 'ਤੇ ਭਰੋਸਾ ਜ਼ਰੂਰ ਜਤਾਇਆ ਹੁੰਦਾ, ਔਰ ਤਾਂ ਹੀ ਵਿਧਾਨ ਸਭਾ ਦੀਆਂ ਪੌੜੀਆਂ ਉਮੀਦਵਾਰ ਚੜ੍ਹਦੇ ਨੇ। ਨਹੀਂ, ਇਹ ਉਹਨਾਂ ਦੇ ਵਿਵੇਕ 'ਤੇ ਡਿਪੈਂਡ ਕਰਦਾ, ਔਰ ਕਾਨੂੰਨ ਅਨੁਸਾਰ ਕੋਈ ਵੀ ਵਿਧਾਇਕ ਜਾਂ ਕੋਈ MP ਅਸਤੀਫਾ ਦੇ ਸਕਦਾ ਹੈ। ਪਰ ਕੀ ਇਸ ਦੇ ਵਿੱਚ ਜਿਸ ਤਰੀਕੇ ਨਾਲ ਹੁਣ ਦੂਸਰੀਆਂ ਪਾਰਟੀਆਂ 'ਚ ਗਏ ਨੇ, ਜਦ ਤੱਕ ਅਸਤੀਫਾ ਮਨਜ਼ੂਰ ਨਹੀਂ ਹੁੰਦਾ, ਕੀ ਉਹ ਕੋਈ ਹੋਰ ਚੋਣ ਲੜ ਸਕਦੇ ਨੇ ਹਾਲੇ ਤੱਕ? ਕਿਉਂਕਿ ਜੇਕਰ ਉਹ ਤਾਂ ਕੋਈ ਇਸ਼ੂ ਨਹੀਂ ਹੈ, ਉਹਨੇ ਇਲੈਕਸ਼ਨ ਲੜਨ 'ਤੇ ਕੋਈ ਬਾਹਰ ਨਹੀਂ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜੋ ਕਿ ਸਿੱਧੇ ਤੌਰ ਦੇ ਉੱਤੇ ਦੱਸਦੇ ਹੋਏ ਨਜ਼ਰ ਆਏ ਨੇ ਕਿ ਸ਼ੀਤਲ ਅੰਗਰਾਲ, ਯਾਨੀ ਕਿ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ, ਉਸ ਤੋਂ ਬਾਅਦ ਭਾਜਪਾ 'ਚ ਗਏ ਨੇ, ਔਰ ਜਿਹੜੇ ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ 'ਚ ਆਏ, ਉਹਨਾਂ ਦੇ ਹਾਲੇ ਤੱਕ ਉਹਨਾਂ ਦੀਆਂ ਪੋਸਟਾਂ ਤੋਂ, ਯਾਨੀ ਕਿ ਉਹਨਾਂ ਦੇ MLA-ships ਤੋਂ ਜਿਹੜੀਆਂ ਨੇ ਅਸਤੀਫੇ ਨਹੀਂ ਦਿੱਤੇ ਗਏ ਨੇ। ਪਰ ਇਹਨਾਂ ਦੋਨਾਂ ਵੱਲੋਂ ਆਪਦੀਆਂ ਪਾਰਟੀਆਂ ਚੇਂਜ ਕਰਨੀਆਂ ਗਈਆਂ ਨੇ, ਜੇਕਰ ਕਿਸੇ ਤਰੀਕੇ ਦੀ ਚੋਣ ਲੜਦੇ ਨੇ, ਚੋਣ ਲੜਨ 'ਚ ਕੋਈ ਬਾਹਰ ਨਹੀਂ ਹੋਏਗੀ, ਪਰ ਇਹਨਾਂ ਦੇ ਅਸਤੀਫੇ ਜੇ ਮਨਜ਼ੂਰ ਹੋਣਗੇ ਤਾਂ ਇੱਕ ਵਿਧਾਨ ਹੈਗਾ, ਉਸ ਵਿਧਾਨ ਦੇ ਵਿੱਚ ਕਈ ਪੈਰਾਮੀਟਰਸ ਨੇ, ਜਾਂਚ ਹੋਏਗੀ, ਉਸ ਤੋਂ ਬਾਅਦ ਹੀ ਅਸਤੀਫਾ ਇਹਨਾਂ ਦਾ ਮਨਜ਼ੂਰ ਕੀਤਾ ਜਾਏਗਾ। ਕੈਮਰਾ ਪਰਸਨ ਸੁਰਿੰਦਰ ਦੇ ਨਾਲ ਸਾਜਿੰਦਰ ਰੋਲਾ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।